ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਸਰਬਜੀਤ। ਪੇਂਡੂ ਲਾਈਫ ਦੀਵਾਨ ਚੈਨਲ 'ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ। ਹੋਰ ਸੁਣਾਓ ਜੀ, ਸਾਰੇ ਕਿਵੇਂ ਹੋ? ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਣਗੇ, ਅਸੀਂ ਵੀ ਠੀਕ ਹਾਂ। ਅਤੇ ਲਓ ਜੀ, ਸ਼ਾਮ ਦਾ ਟਾਈਮ ਹੋ ਚੁੱਕਿਆ ਹੈ ਨਾ, ਅਤੇ ਮੈਂ ਕਰ ਦਿੱਤੀ ਸਟਿਚਿੰਗ। ਅਤੇ ਦੇਖੋ ਜੀ, ਮੈਂ ਕਰ ਦਿੱਤੀ ਬੋਟਮ ਸਟਿਚਿੰਗ ਲਾਈਨਿੰਗ ਵਾਲੀ। ਇਹ ਵਾਲੀ ਕਲਰ ਦੀ ਬੋਟਮ ਆ, ਅਤੇ ਕਲਰ ਬਹੁਤ ਪਿਆਰਾ ਹੈ। ਅਤੇ ਇਹ ਸਟਿਚਿੰਗ ਕਰਦੀ ਸੀ ਹੈ ਨਾ, ਬਲ ਵਗੈਰਾ ਸਾਰੇ ਪਾ ਦਿੱਤੇ ਸੀ, ਅਤੇ ਮੋਰੀਆਂ ਵੀ ਕਰ ਦਿੱਤੀਆਂ ਸੀ। ਦੇਖੋ, ਮੋਰੀਆਂ ਵੀ ਕਰ ਦਿੱਤੀਆਂ ਨੇ ਹੈ ਨਾ। ਅਤੇ ਹੁਣ ਮੈਂ ਲੱਗੀ ਸੀ ਬੈਲਟ ਦੀ ਤਿਆਰੀ ਕਰਨ ਹੈ ਨਾ, ਬੈਲਟ 'ਚ ਲਾਈਨਿੰਗ ਲਗਾਉਣੀ ਆ। ਅਤੇ ਇਹ ਹੋ ਗਿਆ ਬੈਲਟ ਦਾ ਕੱਪੜਾ, ਅਤੇ ਬੈਲਟ ਦੀ ਲਾਈਨਿੰਗ ਲਗਾਉਣੀ ਆ, ਅਤੇ ਇਹ ਲਾਈਨਿੰਗ ਹੈ। ਅਤੇ ਹਾਲੇ ਮੇਰੇ ਕੱਪੜੇ ਵਗੈਰਾ ਸਾਰੇ ਤਾਰ 'ਤੇ ਇੱਦਾਂ ਹੀ ਪਏ ਨੇ, ਤਾਰ ਨਾਲੇ ਠੰਡੇ ਹੋਈ ਜਾਂਦੇ ਨੇ, ਨਾਲੇ ਮੈਂ ਤਾਰ ਤੋਂ ਤਾਰ ਲੈਣੀ ਆ ਕੱਪੜੇ, ਅਤੇ ਨਾਲੇ ਮੈਂ ਜਿਹੜੀਆਂ ਆਪਣੀਆਂ ਨੀਚੇ ਕਾਤਰਾ ਵਗੈਰਾ ਪਈਆਂ ਨੇ ਸਾਰੀਆਂ ਇੱਦਾਂ ਹੀ ਇਕੱਠੀਆਂ ਕਰ ਦੇਣੀ ਆ। ਝਾੜੂ ਤਾਂ ਮੈਂ ਨਹੀਂ ਲਗਾਉਂਦੀ ਹੈਗੀ। ਚਲੋ ਜੀ, ਤਾਰ ਤੋਂ ਆਪਾਂ ਪਹਿਲਾਂ ਕੱਪੜੇ ਉਤਾਰ ਲਈਏ ਸਾਰੇ, ਕਿਉਂਕਿ ਕੱਪੜੇ ਫਿਰ ਠੰਡੇ ਜ਼ਿਆਦਾ ਹੋ ਜਾਣਗੇ ਹੈ ਨਾ, ਅਤੇ ਬੱਚੇ ਗਏ ਹੋਏ ਨੇ ਟਿਊਸ਼ਨ 'ਤੇ, ਅਤੇ ਅੱਜ ਧੁੱਪ ਵਧੀਆ ਨਿਕਲੀ ਸੀ, ਮਤਲਬ ਕਿ ਜ਼ਿਆਦਾ ਵੀ ਨਹੀਂ ਸੀ, ਉਹ ਵਧੀਆ ਨਿਕਲੀ ਸੀ ਧੁੱਪ, ਅਤੇ ਪੂਰਾ ਮਤਲਬ ਕਿ ਕੱਪੜੇ ਸੁੱਕ ਗਏ ਨੇ, ਐਂ ਨਹੀਂ ਹੈਗਾ ਵੀ ਗਿੱਲੇ ਰਹਿ ਗਏ ਨੇ। ਅਤੇ ਲਾ ਕੇ ਇੱਥੇ ਮੰਜੇ 'ਤੇ ਸੁੱਟੀ ਜਾਂਦੀ ਹਾਂ, ਅਤੇ ਬਾਕੀ ਸਾਂਭ ਬਾਅਦ 'ਚੋਂ ਦਊਂਗੀ ਹੈ ਨਾ। ਮੈਂ ਇੱਕ ਕੱਪੜੇ ਚੱਲ ਪਹਿਲਾਂ ਲਾ ਕੇ ਸੁੱਟਦਾ ਨਹੀਂ ਮੰਜੇ 'ਤੇ। ਅਤੇ ਜੇ ਮੈਂ ਬੱਚਿਆਂ ਨੂੰ ਕਿਹਾ, ਬੱਚਿਆਂ ਨੇ ਕੰਮ ਮਤਲਬ ਕਿ ਟਿਊਸ਼ਨ 'ਤੇ ਗਏ ਹੋਏ ਨੇ ਹੈ ਨਾ, ਅਤੇ ਜੇ ਮੈਂ ਉਹਨਾਂ ਨੂੰ ਕਿਹਾ ਵੀ ਕੱਪੜੇ ਤਾਰ ਤੋਂ ਉਤਾਰ ਦਿਉ, ਅਤੇ ਫਿਰ ਉਹ ਕਹਿਣਗੇ ਮੰਮਾ ਹੁਣ ਤਾਂ ਅਸੀਂ ਟਿਊਸ਼ਨ 'ਤੇ ਆਏ, ਪਹਿਲਾਂ ਸਕੂਲ ਗਏ ਹੋਏ ਸੀ, ਰੋਟੀ ਪਾਣੀ ਖਾ ਕੇ ਫਿਰ ਆ ਕੇ ਉਹ ਟਿਊਸ਼ਨ 'ਤੇ ਵੱਗ ਗਏ ਸੀ। ਜਦ ਹੀ 3 ਵਜੇ ਆਉਂਦੇ ਨੇ ਅਤੇ 4 ਵਜੇ ਟਿਊਸ਼ਨ 'ਤੇ ਚਲੇ ਜਾਂਦੇ ਨੇ, ਅਤੇ ਫਿਰ ਕਹਿਣਗੇ ਸਾਨੂੰ ਖੇਡਣ ਦਾ ਟਾਈਮ ਨਹੀਂ ਮਿਲਦਾ ਹੈਗਾ। ਮੈਂ ਕਿਹਾ ਚੱਲ ਮੈਂ ਖੁਦ ਹੀ ਲਾ ਲੈਂਦੀ ਹਾਂ। ਅਤੇ ਬਾਕੀ ਦੇਖੋ, ਮੈਂ ਬੱਚਿਆਂ ਨੂੰ ਇਹ ਕਿਹਾ ਸੀ ਵੀ ਡਰੈੱਸਾਂ ਸੰਭਾਲ ਕੇ ਰੱਖ ਦਿਉ ਹੈ ਨਾ। ਅਤੇ ਡਰੈੱਸਾਂ ਦੇਖੋ, ਇੱਦਾਂ ਹੀ ਗਾਂਹ ਪਾਇਆ ਪਿਆ ਅੰਦਰ, ਸਾਰਾ ਗਾਂਹ ਇੱਦਾਂ ਹੀ ਪਾਇਆ ਪਿਆ। ਹੁਣ ਮੈਂ ਨਾ ਡਰੈੱਸਾਂ ਵਗੈਰਾ ਚੱਕਦੀ ਹਾਂ ਹੈ ਨਾ, ਇਹ ਡਰੈੱਸਾਂ ਇੱਧਰ ਦੇਖੋ, ਸ਼ੂਜ਼ ਵਗੈਰਾ ਉੱਥੇ ਪਏ ਨੇ ਸਿਮਰਨ ਦੇ, ਇਹ ਵੀ ਮੈਂ ਚੱਕਣੇ ਨੇ। ਅਤੇ ਆ ਕੇ ਫਿਰ ਉਹਨਾਂ ਨੇ ਤਾਂ ਕੁਛ ਕਰਨਾ ਨਹੀਂ ਹੈਗਾ, ਥੋੜ੍ਹਾ ਚਿਰ ਖੇਡਣਾ, ਫਿਰ ਹਨੇਰਾ ਹੋ ਜਾਣਾ, ਕਿਉਂਕਿ ਫਿਰ ਕਹਿਣਗੇ ਮੰਮਾ ਸਾਨੂੰ ਖੇਡਣ ਦਾ ਟਾਈਮ ਨਹੀਂ ਮਿਲਿਆ ਹੈਗਾ। ਅਤੇ ਮੈਂ ਕਿਹਾ ਚੱਲ ਮੈਂ ਹੀ ਕਰ ਲੈਂਦੀ ਹਾਂ ਖੁਦ ਹੈ ਨਾ। ਜੇ ਮੈਂ ਉਹਨਾਂ ਨੂੰ ਕਹੂੰਗੀ ਵੀ ਆਹ ਕੰਮ ਕਰਦੇ, ਤਾਂ ਉਹਨਾਂ ਨੇ ਕਰ ਸਿਮਰ ਨੇ ਕਰਨਾ ਨਹੀਂ ਹੈਗਾ, ਸਗੋਂ ਵਧਾ ਹੀ ਦੇਣਾ, ਅਤੇ ਗਾਂਹ ਫਿਰ ਵੱਧ ਤੋਂ ਵੱਧ ਹੀ ਪੈ ਜਾਂਦਾ। ਮਨਿੰਦਰ ਹਾਲੇ ਮਤਲਬ ਕਿ ਵੱਡਾ ਸਿਆਣਾ ਹੋ ਗਿਆ, ਉਹ ਕੰਮ ਜਲਦੀ ਮਤਲਬ ਕਿ ਸਮਝਣ ਵੇੜ ਵੀ ਲੈਂਦਾ, ਚਾਹ ਵਗੈਰਾ ਬਣਾ ਲੈਂਦਾ, ਸਾਰਾ ਕੁਛ ਕਰ ਲੈਂਦਾ ਮਨਿੰਦਰ। ਅਤੇ ਇੱਧਰ ਦੇਖੋ, ਗੇਟ 'ਤੇ ਮੇਰੇ ਕੱਪੜੇ ਸੁੱਕਣੇ ਪਾਏ ਪਏ ਨੇ। ਅਤੇ ਆਹ ਹੋ ਗਿਆ ਕੋਟ ਸਰਦਾਰ ਜੀਆਂ ਦਾ, ਸੁੱਕਿਆ ਪਤਾ ਨਹੀਂ ਨਾ, ਇਹ ਥੋੜ੍ਹਾ ਜਿਹਾ ਲੱਗਦਾ ਗਿੱਲਾ ਵਿੱਚ, ਕਿਉਂਕਿ ਇਹਦਾ ਪਾਸਾ ਬਦਲ ਚੇਂਜ ਕਰਨ ਵਾਲਾ ਨਾ। ਅਤੇ ਮੈਂ ਕਿਹਾ ਚੱਲ ਕੱਲ੍ਹ ਦੀ ਧੁੱਪ ਹੋਰ ਲਗਾ ਦੂੰਗੀ, ਕੋਟ ਨੂੰ ਸੁੱਕ ਜੂ ਆਪਣਾ ਪੂਰਾ ਵਧੀਆ। ਅਤੇ ਦੇਖੋ ਕਿੰਨੀਆਂ ਕਾਤਰਾਂ ਕਿੰਨੀਆਂ ਪਈਆਂ ਨੇ ਹੈ ਨਾ। ਜਦੋਂ ਵੀ ਮੈਂ ਮਤਲਬ ਕਿ ਕੋਈ ਲਾਈਨਿੰਗ ਵਾਲੀ ਬੋਟਮ ਸਟਿਚਿੰਗ ਕਰਦੀ ਹਾਂ, ਤਾਂ ਇੱਦਾਂ ਹੀ ਕਾਤਰਾਂ ਸਾਰੀਆਂ ਇੱਦਾਂ ਹੀ ਖਣੀਆਂ। 2 ਕਰੀਆਂ ਨੇ ਅੱਜ ਮੈਨੇ, ਇੱਕ ਤਾਂ ਕਰੀ ਸੀ ਆਹ ਵਾਲੇ ਕਲਰ ਦੀ, ਜਿਹੜਾ ਮੇਜ ਨੀਚੇ ਪਿਆ ਕਲਰ, ਇਹ ਵਾਲੇ ਕਲਰ ਦੀ ਕਰੀ ਸੀ, ਅਤੇ ਇੱਕ ਕਰ ਰਹੀ ਹਾਂ ਮੈਂ ਇਹ। ਹਾਲੇ ਮੇਰਾ ਆਪਣਾ ਖੁਦ ਦਾ ਸਟਿਚਿੰਗ ਕਰਨ ਵਾਲਾ ਸੂਟ ਪਿਆ, ਅਤੇ
ਉਹ ਵੀ ਮੈਂ ਦੇਖਦੀ ਹਾਂ ਕਰਾਂਗੀ। ਅਤੇ ਜੋ ਮੈਂ ਸੂਟ ਸਟਿਚਿੰਗ ਕਰਨਾ ਆਪਣਾ ਮੈਂ ਤੁਹਾਨੂੰ ਦਿਖਾਉਂਦੀ ਹਾਂ, ਅਤੇ ਇਹ ਵਾਲੇ ਕਲਰ ਦਾ ਸੂਟ ਸਟਿਚਿੰਗ ਕਰੂੰਗੀ। ਅਤੇ ਦੇਖੋ ਬਹੁਤ ਪਿਆਰਾ ਕਲਰ ਹੈ ਇਹ, ਤਾਂ ਨਾ ਮੈਂ ਮੋਤੂ ਵਾਲੀ ਲੈਸ ਲਗਾਊਂਗੀ ਨਮਕਨੀ, ਅਤੇ ਚੁੰਨੀ ਡਾਈ ਕਰਨੀ ਮੈਂ ਸਰਦਾਰ ਜੀ ਨੂੰ ਦੇ ਦਿੱਤੀ ਆ, ਅਤੇ ਸਰਦਾਰ ਜੀ ਧੂਰੀ ਗਏ ਸੀ ਅੱਜ ਚੁੰਨੀ ਡਾਈ ਕਰਵਾਉਣੀ ਦੇ ਆਏ ਨੇ, ਅਤੇ ਕੱਲ੍ਹ ਨੂੰ ਲੈ ਆਉਣਗੇ ਫੜ ਕੇ। ਉਹ 'ਤੇ ਵੀ ਮੈਂ ਸਾਈਡਾਂ 'ਤੇ ਲੈਸ ਲਗਾਵਾਂਗੀ, ਤੁਹਾਨੂੰ ਦਿਖਾਉਂਦੇ ਜਿਹੜੀ ਮੈਂ ਲੈਸ ਲਗਾਉਣੀ ਆ ਜੀ। ਜੋ ਸੂਟ 'ਤੇ ਲੈਸ ਲਾਉਣੀ ਆ ਮੈਂ ਤੁਹਾਨੂੰ ਦਿਖਾਉਂਦੀ ਹਾਂ, ਬੈਗ ਦੇ ਵਿੱਚ ਪਾਈ ਪਈ ਆ ਮੇਰੀ, ਅਤੇ ਲੈਸ ਤਾਂ ਬਹੁਤ ਵਧੀਆ ਇਹ ਵਾਲੀ ਲੈਸ ਲਗਾਉਣੀ ਆ ਮੈਂ, ਨਾਲੇ ਤਾਂ ਮੈਂ ਸਾਈਡਾਂ ਚੁੰਨੀ 'ਤੇ ਲਗਾ ਲੂੰਗੀ, ਨਾਲੇ ਸੂਟ ਦੇ ਘੇਰੇ ਅਤੇ ਬਾਹਾਂ 'ਤੇ ਬਹੁਤ ਸੋਹਣੀ ਲੱਗੂਗੀ। ਜਦੋਂ ਸੂਟ ਰੈਡੀ ਹੋ ਗਿਆ ਨਾ ਪੂਰਾ ਤੁਹਾਨੂੰ ਦਿਖਾਉਂਗੀ, ਅਤੇ ਇਹ ਕਿਸ ਫੰਕਸ਼ਨ ਵਾਸਤੇ ਸੂਟ ਮੈਂ ਤਿਆਰ ਕਰ ਰਹੀ ਹਾਂ ਉਹ ਵੀ ਤੁਹਾਨੂੰ ਮੈਂ ਜ਼ਰੂਰ ਦੱਸਾਂਗੀ, ਕਿੱਥੇ ਜਾਣਾ ਅਸੀਂ, ਕਦੋਂ ਜਾਣਾ, ਸੂਟ ਪਾ ਕੇ ਵੀਡੀਓ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੀ। ਅਤੇ ਬਾਕੀ ਕੱਪੜਿਆਂ ਦਾ ਗਾਹ ਦੇਖੋ, ਇੰਨੇ ਕੱਪੜੇ ਮੇਰੇ ਸਾਹਮਣੇ ਵਾਲੇ ਪਏ ਨੇ, ਹਲੇ ਮੈਂ ਦੇਖਦੀ ਹਾਂ। ਐਵੇਂ ਸ਼ਾਮ ਨੂੰ ਸਬਜ਼ੀ ਸ਼ਲਗਮਾਂ ਦੀ ਪਈ ਆ, ਸਿਮਰਨ ਖਾਂਦਾ ਨਹੀਂ ਹੈਗਾ ਸਬਜ਼ੀ, ਅਤੇ ਬਾਕੀ ਮਨਿੰਦਰ ਕਹਿੰਦਾ ਮੰਮਾ ਮੈਨੂੰ ਸਾਗ ਤੜਕ ਦੇ, ਮਨਿੰਦਰ ਨੂੰ ਸਾਗ ਤੜਕੂੰਗੀ, ਅਤੇ ਸਿਮਰ ਨੂੰ ਦੇਖਦੀ ਹਾਂ ਮੈਂ ਪਲੋ ਪਲੂ ਕੇ ਜੀ ਵਿੱਚੋਂ ਆਲੂ ਆਲੂ ਕੱਢ ਕੇ ਉਹ ਦੇ ਦੂੰਗੀ, ਅਤੇ ਖਾ ਲੂਗਾ ਉਹ ਰੋਟੀ, ਹੈ ਨਾ, ਨਹੀਂ ਤਾਂ ਉਹਨੇ ਬਹਾਨਾ ਲਾ ਲੈਣਾ ਮੈਂ ਤਾਂ ਖਾਣੀ ਨਹੀਂ ਹੈਗੀ ਰੋਟੀ, ਚੱਜ ਦੀ ਸਬਜ਼ੀ ਤਾਂ ਹੈ ਨਹੀਂ। ਸ਼ਲਗਮਾਂ ਨੂੰ ਉਹ ਦੱਸਦਾ ਹੁੰਦਾ ਕੱਚੇ ਆਲੂ, ਵੀ ਕੱਚੇ ਆਲੂਆਂ ਦੀ ਸਬਜ਼ੀ ਉਹ ਖਾਂਦਾ ਨਹੀਂ ਹੈਗਾ। ਸਬਜ਼ੀ ਤਾਂ ਮੈਨੂੰ ਵੀ ਨਹੀਂ ਵਧੀਆ ਲੱਗਦੀ ਹੈਗੀ, ਵੈਸੇ ਮੈਂ ਰਾਤ ਮੇਥੇ ਪਾ ਕੇ ਬਣਾਈ ਸੀ, ਬਹੁਤ ਜ਼ਿਆਦਾ ਟੇਸਟੀ ਬਣੀ ਸੀ, ਚੁੱਲ੍ਹੇ ਦੇ ਉੱਤੇ ਬਣਾਈ ਸੀ ਅਤੇ ਕੜਾਹੀ ਦੇ ਵਿੱਚ, ਅਤੇ ਰੋਟੀ ਵੀ ਚੁੱਲ੍ਹੇ 'ਤੇ ਬਣਾਈ ਸੀ। ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਹੈਗਾ ਕਿਉਂਕਿ ਹਨੇਰਾ ਬਹੁਤ ਜ਼ਿਆਦਾ ਹੋ ਚੁੱਕਿਆ ਸੀ, ਅਤੇ ਅੱਜ ਮੈਂ ਚੁੱਲ੍ਹੇ 'ਤੇ ਨਹੀਂ ਬਣਾਉਂਦੀ ਹੈਗੀ ਰੋਟੀ, ਅੱਜ ਮੈਂ ਇਕੱਲੀ ਗੈਸ 'ਤੇ ਬਣਾਉਂ, ਕਿਉਂਕਿ ਸਬਜ਼ੀ ਜੇ ਚੁੱਲ੍ਹੇ 'ਤੇ ਬਣੀ ਹੋਵੇ ਤਾਂ ਫਿਰ ਰੋਟੀ ਵੀ ਜਲਦੀ ਪੱਕ ਜਾਂਦੀ ਆ, ਜੇ ਇਕੱਲੀ ਆਪਾਂ ਰੋਟੀ ਚੁੱਲ੍ਹੇ 'ਤੇ ਲਾਵਾਂਗੇ ਫਿਰ ਮਤਲਬ ਕਿ ਰੜਨ ਨੂੰ ਟਾਈਮ ਲੱਗਦਾ ਉਹਨੂੰ, ਕਿਉਂਕਿ ਜੇ ਅੱਗ ਹੋ ਫਿਰ ਹੀ ਰੋਟੀ ਰੜੂ, ਉੱਪਰ ਰੜੀ ਹੋਈ ਰੋਟੀ ਦਾ ਸਵਾਦ ਵੱਖਰਾ ਜਿਹਾ ਹੁੰਦਾ, ਉਹ ਨਹੀਂ ਵਧੀਆ ਲੱਗਦੀ ਹੈਗੀ। ਚਲੋ ਜੀ, ਇਹ ਸੀ ਆਪਣੀ ਛੋਟੀ ਜੀ ਵੀਡੀਓ, ਜੇਕਰ ਵੀਡੀਓ ਵਧੀਆ ਲੱਗੀ ਹੋਊ ਤੂੰ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਉਮੀਦ ਕਰਦੀ ਹਾਂ ਜਿਹਦੀ ਵੀਡੀਓ ਪੂਰੀ ਵਧੀਆ ਲੱਗੀ ਹੋਊਗੀ। ਅਤੇ ਇਹ ਸੀ ਆਪਣਾ ਮਿੰਨਾ ਜਿਹਾ ਬਲੌਗ, ਜੇ ਜੋ ਵੀ ਮੇਰੇ ਚੈਨਲ 'ਤੇ ਪਹਿਲੀ ਵਾਰ ਨਿਊ ਆ ਤਾਂ ਪਲੀਜ਼ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਕਮੈਂਟ ਜ਼ਰੂਰ ਕਰਿਆ ਕਰੋ, ਲਾਈਕ ਜ਼ਰੂਰ ਕਰਿਆ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਅਤੇ ਲੈ ਕੇ ਆਵਾਂਗੇ ਰੋਜ਼, ਹੁਣ ਰੋਜ਼ ਪਾਇਆ ਕਰੂੰਗੀ ਮੈਂ ਵੀਡੀਓ ਡੇਲੀ, ਚਾਹੇ ਮੈਂ 5 ਮਿੰਟ ਦੀ ਪਾਵਾਂ ਚਾਹੇ ਮੈਂ 10 ਮਿੰਟ ਦੀ ਪਾਵਾਂ, ਹੈ ਨਾ, ਬਲੌਗ ਡੇਲੀ ਆਇਆ ਕਰਨਗੇ, ਅਤੇ ਲੈ ਕੇ ਆਵਾਂਗੇ ਕੱਲ੍ਹ ਇੱਕ ਹੋਰ ਵਧੀਆ ਜਿਹਾ ਬਲੌਗ, ਉਮੀਦ ਕਰਦੀ ਹਾਂ। ਇੱਦਾਂ ਹੀ ਤੁਸੀਂ ਮੈਨੂੰ ਬਹੁਤ ਪਿਆਰ ਦਿੰਦੇ ਰਹੋਗੇ ਬਲੌਗ 'ਤੇ, ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਬਲੌਗ ਨਾਲ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਾਏ ਬਾਏ।